يا رسول الله وسلم عليك يا حبيب الله. سب تو پہلے میں بے حد مشکور ہوں عزت مام گرامی قدر مرکزی میلاد کمیٹی دے اراکین میری مراد برادر اکبر محمد احمد رضا چودھری صاحب اور بہت ہی نڈر جی اللہ حافظ حسنین رضا احمد فراز کاشی کہ جنہاں نے میرے جے نکمے نو سرکار دی اس محفل وچ مولا حسن پاک آپ دے شان دے وچ حاضری دا موقع دیتا ہے. دعا لے اللہ تبارک و تعالیٰ دی بارگاہ وچ کہ اس مرکزی میلاد کمیٹی نو اللہ سرکار دے نواسیاں دے جوڑیاں دا صدقہ دین دوگنی رات چوگنی ترقی عطا فرمائے. تو تسی جنہیں بھی بیٹھے ہو میں سب واسطے دعا کردا کہ اللہ تبارک و تعالیٰ اس ماہ مقدس دے صدقے اللہ تبارک و تعالیٰ سب تے کرن چ رحمتاں دا نزول فرمائے. تے کوئی زبان خاموش نہ رہے, رمضان دا مہینہ ہے, تے مل کے سب نو درود آندا ہے, مل کے سرکار دی بارگاہ وچ پیش کرو. صلی اللہ علیہ یا رسول اللہ وسلم علیک یا حبیب اللہ. ڈوب سکتی نہیں طوفان کے طغیانی میں, جس کی کشتی ہو محمد کی نگہبانی میں, جس کی کشتی ہو محمد کی نگہبانی میں, تعلق ہے میرا 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 قبیلے سے, خدا کو مانتا ہے جو محمد کے وسیلے سے, خدا کو مانتا ہے جو محمد کے وسیلے سے, خدا کو مانتا ہے جو محمد کے وسیلے سے, خدا کو مانتا ہے جو محمد کے وسیلے سے, خدا کو مانتا ہے جو محمد کے وسیلے سے, خدا کو مانتا ہے جو محمد کے وسیلے سے, خدا کو مانتا ہے جو محمد کے وسیلے سے. رب نو سارے من دے او اج مولا حسن پاک دی ولادت دا دن, سارے خوش ہو کے دونے ہاتھ چک کے چنڈے بنا کے مولا حسن پاک دی بارگاہ تو رب دی بارگاہ وچ دعا کرو تے ساریاں دا بیڑا پار ہو جاوے گا. کہہ دیو خدا کو مانتا ہے جو محمد کے وسیلے سے, خدا کو مانتا ہے جو محمد کے وسیلے سے, خدا کو مانتا ہے جو وسیلے سے. کہ سبحان اللہ,
ਜਿਹੜਾ ਜਿਹੜਾ ਖੁਸ਼ ਬੈਠਾ ਹੈ ਮੁਹੱਬਤ ਨਾ ਕੋ ਸੁਭਾਨ ਹੋਰ ਮੁਹੱਬਤ ਨਾ ਕੋ ਸੁਭਾਨ ਅੱਲਾਹ ਅੱਲਾਹ ਤਬਾਰਕ ਵਤਾਲਾ ਤੁਹਾਨੂੰ ਸਲਾਮਤ ਰੱਖੇ ਅੱਲਾਹ ਦੇ ਇਸਮ ਤੋਂ ਆਗਾਜ਼ ਕਰਨਾ ਉਸ ਤੋਂ ਪਹਿਲੇ ਰੱਬ ਦੀ ਹਮਦ ਬਿਆਨ ਕਰਨੀ ਸਾਰਿਆਂ ਵਾਸਤੇ ਕਿਹੜੀ ਹਮਦ ਹੈ ਉਹ ਸਾਰਿਆਂ ਨੂੰ ਕਲਾਮ ਯਾਦ ਹੈ ਤੇ ਮੁਹੱਬਤ ਦੇ ਨਾਲ ਸਾਰਿਆਂ ਨੇ ਦੋਨੇ ਹੱਥ ਚੱਕ ਕੇ ਅੱਲਾਹ ਦੀ ਜ਼ਿਕਰ ਦੀ ਤਾਰੀਫ ਕਰਨੀ ਹੈ ਅੱਲਾਹ 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 ਮਿਲ ਕੇ ਪੜੋ ਅੱਲਾਹ 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 ਬੋਲੋ ਅੱਲਾਹ 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 ਬੋਲੋ ਅੱਲਾਹ 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 ਬਿਗੜੇ ਸਾਰੇ ਕੰਮ ਬਣਾਉਂਦਾ ਅੱਲਾਹ ਏ ਬਿਗੜੇ ਸਾਰੇ ਸਾਰੇ ਕੰਮ ਬਣਾਉਂਦਾ ਅੱਲਾਹ ਏ ਮਾੜਿਆਂ ਦੀ ਗੱਲ ਬਣਾਉਂਦਾ ਅੱਲਾਹ ਏ ਮੇਰਾ ਅੱਲਾਹ ਏ ਮਾੜਿਆਂ ਦੀ ਗੱਲ ਬਣਾਉਂਦਾ ਅੱਲਾਹ ਏ ਬੋਲੋ ਅੱਲਾਹ ਅੱਲਾਹ ਪੱਥਰ ਦੇ ਵਿੱਚ ਕੀੜੇ ਨੂੰ ਵੀ ਫਿਕਰ ਨਹੀਂ ਪੱਥਰ ਦੇ ਵਿੱਚ ਕਿਹੜੇ ਨੂੰ ਵੀ ਫਿਕਰ ਨਹੀਂ ਕਿਉਂ ਥਾਂ ਥਾਂ ਤੇ ਵੀ ਰਿਜ਼ਕ ਪਹੁੰਚਾਉਂਦਾ ਅੱਲਾਹ ਏ ਥਾਂ ਥਾਂ ਤੇ ਵੀ ਰਿਜ਼ਕ ਪਹੁੰਚਾਉਂਦਾ ਅੱਲਾਹ ਏ ਮਾੜਿਆਂ ਦੀ ਗੱਲ ਬਣਾਉਂਦਾ ਅੱਲਾਹ ਏ ਮੇਰਾ ਅੱਲਾਹ ਏ ਅੱਲਾਹ ਏ ਮਰਕਜ਼ੀ ਮਿਲਾਦ ਕਮੇਟੀ ਦਾ ਜੋ ਮੈਸੇਜ ਹੈ ਉਹ ਮੈਸੇਜ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਉਹ ਮੈਸੇਜ ਕੀ ਹੈ ਉਹ ਮੈਸੇਜ ਸੁਣੋ ਸ਼ੇਰ ਤੇ ਉੱਚੀ ਆਵਾਜ਼ ਨਾਲ ਕਹਿਣਾ ਸੁਭਾਨ ਅੱਲਾਹ ਆਪਣੇ ਆਪ ਨੂੰ ਐਵੇਂ ਨਾ ਤੂੰ ਸਮਝ ਬੈਠੀ ਆਪਣੇ ਆਪ ਨੂੰ ਐਵੇਂ ਨਾ ਤੂੰ ਸਮਝ ਬੈਠੀ ਕਿਉਂ ਚਿੜੀਆਂ ਕੋਲੋਂ ਬਾਜ਼ ਮਲਾਉਂਦਾ ਅੱਲਾਹ ਚਿੜੀਆਂ ਕੋਲੋਂ 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 ਚਿੜੀਆਂ ਕੋਲੋਂ
ਅਸੀਂ ਸਰਕਾਰ ਦਾ ਮਿਲਾਦ ਮਨਾਉਂਦੇ ਇਹ ਨਵੀਂ ਗੱਲ ਨਹੀਂ ਇਹ ਰੱਬ ਦੀ ਸੁਨਤ ਹੈ ਕੁਰਾਨ ਵਿੱਚ ਵਦੁਹਾ ਵੱਲੈਲੀ ਜ਼ਾ ਸਜਾ ਉੱਚੀ ਵਾਂਦਨਾ ਕੋ ਸੁਬਹਾਨ ਅੱਲਾ ਪਿੱਛੇ ਤਿੱਕਰ ਸਾਰੇ ਕਹਿਣ ਸੁਬਹਾਨ ਅੱਲਾ ਤੇ ਜੇ ਸੁਬਹਾਨ ਅੱਲਾ ਦਾ ਬੈਨੀਫਿਟ ਵੀ ਸੁਣ ਲਓ ਕਰੀਮਾ ਕਾ ਨੇ ਇਰਸ਼ਾਦ ਫਰਮਾਇਆ ਜਿਹੜਾ ਬੰਦਾ ਇੱਕ ਵਾਰੀ ਸੁਬਹਾਨ ਅੱਲਾ ਕਹਿੰਦਾ ਜੰਨਤ ਵਿੱਚ ਉਹਦੇ ਨਾਂ ਦਾ ਦਰਖਤ ਲੱਗਦਾ ਹੈ ਅੱਜ ਮੌਕਾ ਮਿਲਿਆ ਤੇ ਜਿੰਨੀ ਵਾਰੀ ਮਰਜ਼ੀ ਅਸੀਂ ਸੁਬਹਾਨ ਅੱਲਾ ਕਹਿ ਕੇ ਜੰਨਤ ਦੇ ਦਰਖਤ ਲਗਾ ਸਕਦੇ ਹਾਂ ਮੁਹੱਬਤ ਨਾ ਕਹੋ ਸੁਬਹਾਨ ਅੱਲਾ ਵਦੂਹਾ ਦੀ ਸੂਰਤ ਯਾਰੋਂ ਦੱਸਦੀ ਏ ਵਦੂਹਾ ਦੀ ਸੂਰਤ ਯਾਰੋਂ ਦੱਸਦੀ ਏ ਸਭ ਤੋਂ ਪਹਿਲੋਂ ਨਾਤ ਸੁਣਾਉਂਦਾ ਅੱਲਾ ਏ ਸਭ ਤੋਂ ਪਹਿਲੋਂ ਨਾਤ ਸੁਣਾਉਂਦਾ ਅੱਲਾ ਏ ਮਾੜਿਆਂ ਦੀ ਗੱਲ ਬਣਾਉਂਦਾ ਅੱਲਾ ਏ ਤੇਰਾ ਸੁਬਹਾਨ ਅੱਲਾ ਤਬਾਰਕ ਵਾ ਤਾਲਾ ਤੁਹਾਡੇ ਜ਼ੌਕ ਨੂੰ ਸਲਾਮਤ ਰੱਖੇ।